आम आदमी पार्टी पंजाब दे कन्वीनर सुच्चा सिंह छोटेपुर की जल्द ही छुट्टी हो सकती है। छोटेपुर नूं लैके पार्टी कार्रवाई करने की तैयारी में अज इस मामले ते आम आदमी पार्टी दे कन्वीनर ते दिल्ली दे मुख्यमंत्री केजरीवाल नाल मीटिंग होनी है। आम आदमी पार्टी दे पंजाब मामलों दे सह इंचार्ज जरनैल सिंह मुताबक पार्टी विच भ्रिष्टाचार ते अपराधी लोगों लई कोई भी थां नहीं है। उन्होंने इस मामले नूं लैके केजरीवाल नाल मीटिंग करने की गल कही है। हालांकि जरनैल सिंह का कहना है कि उन्होंने अजे इल्जामों वाली विवादग्रस्त सीडी नहीं देखी। सूत्रों के मुताबिक छोटेपुर ने दिल्ली के उप मुख्यमंत्री मनीष सिसोदिया के सामने पैसे लैण की गल कबूल कर ली है। RSS लीडर जगदीश गगनेजा उत्ते हुए हमले की जांच हुण CBI करेगी। पंजाब सरकार ने RSS की सूबा इकाई के उप प्रधान गगनेजा उत्ते हुए हमले की जांच CBI के हवाले कर दी है। सरकार वालों जांच CBI हवाले करने पिछे तर्क दिता गया है कि इस हमले के तार विदेश नाल जुड़े हुए हैं, जिसके चलदिया यह जांच CBI नूं सौंपी गई है। इस तों पहला मामले की जांच कर रही पंजाब पुलिस के हाथ हाले तक खाली ने। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਖੇਤਰ ਬੰਗਾ ਤੋਂ ਇੱਕ ਰੇਲ ਗੱਡੀ ਸਿੱਖਾਂ ਦੇ ਧਾਰਮਿਕ ਸਥਾਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਲਈ ਰਵਾਨਾ ਹੋਈ ਹੈ। ਇਸ ਗੱਡੀ ਦੇ ਵਿੱਚ ਬੰਗਾ ਤੋਂ ਤਕਰੀਬਨ 1000 ਦੇ ਕਰੀਬ ਸ਼ਰਧਾਲੂਆਂ ਦੇ ਵੱਲੋਂ ਯਾਤਰਾ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਇਸ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ ਹੈ। ਜਨਮਅਸ਼ਟਮੀ ਨੂੰ ਲੈ ਕੇ ਅੱਜ ਪੂਰੇ ਦੇਸ਼ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੀ ਧੁੰਮ ਮੱਚੀ ਹੋਈ ਹੈ ਅਤੇ ਹਰ ਥਾਂ ਦੇ ਉੱਤੇ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਕਈ ਦਿਨਾਂ ਤੋਂ ਮੰਦਰਾਂ ਵਿੱਚ ਚੱਲ ਰਹੀਆਂ ਤਿਆਰੀਆਂ ਅੱਜ ਸ਼ਾਮ ਨੂੰ ਦੇਖਣ ਨੂੰ ਮਿਲਣਗੀਆਂ, ਪਰ ਇਸ ਦੇ ਬਾਵਜੂਦ ਅੱਜ ਸਵੇਰ ਤੋਂ ਮੰਦਰਾਂ ਵਿੱਚ ਲੋਕ ਮੱਥਾ ਟੇਕਣ ਜਾ ਰਹੇ ਨੇ। ਇੱਥੋਂ ਤੱਕ ਕਿ ਜ਼ਿਆਦਾਤਰ ਥਾਵਾਂ ਦੇ ਉੱਤੇ ਅੱਜ ਸੜਕਾਂ ਅਤੇ ਗਲੀਆਂ ਦੇ ਵਿਚਕਾਰ ਵੀ ਜਨਮ ਅਸ਼ਟਮੀ ਨੂੰ ਮਨਾਉਣ ਦੇ ਲਈ ਟੈਂਟ ਲਗਾਏ ਜਾ ਰਹੇ ਨੇ। ਅੰਮ੍ਰਿਤਸਰ ਦੇ ਪੁਤਲੀਗੜ੍ਹ ਇਲਾਕੇ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਅਸਲ ਵਿੱਚ ਇੱਥੇ ਸਿਕੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਜਦੋਂ ਆਪਣੀ ਸਵਿਫਟ ਕਾਰ ਨੂੰ ਬਾਹਰ ਕੱਢ ਰਿਹਾ ਸੀ ਤਾਂ ਉਸ ਦੀ ਕਾਰ ਦੀ ਹਲਕੀ ਜਿਹੀ ਟੱਕਰ ਨਿਸ਼ਾਰ ਕੰਪਨੀ ਦੀ ਇੱਕ ਗੱਡੀ ਨਾਲ ਹੋ ਗਈ। ਇਸ ਤੋਂ ਬਾਅਦ ਤਕਰਾਰ ਸ਼ੁਰੂ ਹੋ ਗਈ ਅਤੇ ਉਸੇ ਰਸਤੇ ਤੋਂ ਲੰਘਦੇ ਪੰਜਾਬ ਪੁਲਿਸ ਦੇ ਕਰਮਚਾਰੀ ਰਵਿੰਦਰਜੀਤ ਸਿੰਘ ਨੇ ਇਹਨਾਂ ਦੋਨਾਂ ਨੂੰ ਝਗੜਾ ਖਤਮ ਕਰਨ ਵਾਸਤੇ ਕਿਹਾ, ਪਰ ਨਿਸ਼ਾਨ ਗੱਡੀ ਦੇ ਵਿੱਚ ਬੈਠੇ ਹੋਏ ਲੋਕਾਂ ਦੇ ਵੱਲੋਂ ਤੇਵਰ ਇਸ ਕਦਰ ਦਿਖਾਏ ਗਏ ਕਿ ਉਹਨਾਂ ਦੇ ਵੱਲੋਂ ਪੁਲਿਸ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਰਾਜਪੁਰਾ ਟਾਹਲੀ ਚੌਕ ਵਿਖੇ ਹਰੀਸ਼ ਕੁਮਾਰ ਸਿੰਗਲਾ ਸ਼ਿਵ ਸੈਨਾ ਪ੍ਰਧਾਨ ਦੀ ਅਗਵਾਈ ਵਿੱਚ ਸੈਂਕੜੇ ਗਊ ਰੱਖਿਆ ਦਲ ਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਸਤੀਸ਼ ਕੁਮਾਰ ਅਤੇ ਉਸਦੇ ਸਾਥੀਆਂ 'ਤੇ ਨਜਾਇਜ਼ ਪਰਚੇ ਕੀਤੇ ਗਏ ਨੇ, ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਲੰਗੇਰੀਣੀ ਜੂਨਾਗੜ੍ਹ ਦੇ ਵਿੱਚ ਇੱਕ ਪੱਤਰਕਾਰ ਦੇ ਕਤਲ ਦੇ ਮਾਮਲੇ ਵਿੱਚ ਅੱਜ ਅੰਮ੍ਰਿਤਸਰ ਵਿਖੇ ਚੰਡੀਗੜ੍ਹ ਅਤੇ ਪੰਜਾਬ ਦੇ ਪੱਤਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਮੰਗ ਕੀਤੀ ਗਈ ਕਿ ਭਾਜਪਾ ਦੇ ਜਿਹੜੇ ਲੀਡਰ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਮ੍ਰਿਤਕ ਪੱਤਰਕਾਰ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਨਵੀਂ ਦਿੱਲੀ ਵਿੱਚ ਹੁਣ ਲੋਕਾਂ ਨੂੰ ਵਾਹਨਾਂ ਦੇ ਨਾਲ ਸੰਬੰਧਿਤ ਕਿਸੇ ਵੀ ਅਹਿਮ ਦਸਤਾਵੇਜ਼ ਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਪਏਗੀ। ਹੁਣ ਨੈਸ਼ਨਲ ਇਨਫਰਮੇਸ਼ਨ ਸੈਂਟਰ ਦੀ ਮਦਦ ਨਾਲ ਸਰਕਾਰ ਇਸ ਡਿਜੀਟਲ ਲਾਕਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਵਾਹਨਾਂ ਨਾਲ ਸੰਬੰਧਿਤ ਅਹਿਮ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਦੇ ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਟਲੀ ਵਿੱਚ ਆਉਣ ਵਾਲੇ ਭੂਚਾਲ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 247 ਦੇ ਕਰੀਬ ਹੋ ਚੁੱਕੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਇਟਲੀ ਦੇ ਵਿੱਚ ਜ਼ਬਰਦਸਤ ਭੂਚਾਲ ਆਇਆ, ਜਿਸ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਇਹ ਵੀ ਪਤਾ ਲੱਗਾ ਹੈ ਕਿ ਜਾਨੀ ਨੁਕਸਾਨ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਮਾਲੀ ਨੁਕਸਾਨ ਵੀ ਹੋਇਆ ਹੈ। ਰੀਓ ਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲੇ ਅਤੇ ਹੋਰ ਅਥਲੀਟਾਂ ਦਾ ਕੈਲਗਰੀ ਦੇ ਹਵਾਈ ਅੱਡੇ ਉੱਤੇ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਹਵਾਈ ਅੱਡੇ ਉੱਤੇ ਸਵਾਗਤ ਕਰਨ ਵਾਲਿਆਂ ਦੇ ਹੱਥਾਂ ਵਿੱਚ ਦੇਸ਼ ਦਾ ਝੰਡਾ, ਗੁਬਾਰੇ ਅਤੇ ਤੋਹਫੇ ਫੜੇ ਹੋਏ ਸਨ। ਜਿਉਂ ਹੀ ਕਾਂਸੇ ਦਾ ਤਮਗਾ ਜੇਤੂ ਸਾਈਕਲਿਸਟ ਐਲੀਸਨ ਬੀਵਰੇਜ ਅਤੇ ਹੋਰ ਅਥਲੀਟ ਹਵਾਈ ਅੱਡੇ ਦੇ ਦਰਵਾਜ਼ੇ ਉੱਤੇ ਪਹੁੰਚੇ ਤਾਂ ਉਹਨਾਂ ਦਾ ਚਿੱਟੀਆਂ ਟੋਪੀਆਂ ਪਹਿਨੀ ਵਲੰਟੀਅਰਾਂ ਨੇ ਮੁਸਕਰਾਹਟ ਦੇ ਨਾਲ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਦੇ ਵਿੱਚ ਬੀਵਰੇਜ ਦੀ 9 ਸਾਲਾ ਭੈਣ ਅਲਾਈਸ, ਦਾਦੀ ਬਰਬਰਾ, ਮੇਟਲੈਂਡ ਅਤੇ ਉਹਨਾਂ ਦੇ ਗੁਆਂਢੀ ਵੀ ਸ਼ਾਮਲ ਸਨ।